ਸੁਣਿਆ ਰਾਂਝਾ ਜਦੋਂ ਟਿੱਲੇ ਪਹੁੰਚਿਆ ਤੇ ਬਾਲਾ ਨਾਥ ਦੀ ਪਹਿਲੀ ਨਜ਼ਰ ਜਦੋਂ ਉਸ ਤੇ ਪਈ ਤੇ ਉਹ ਵੇਖ ਕੇ ਹੈਰਾਨ ਹੋਇਆ ਇਸ ਗੱਲ ਨੂੰ ਕਿ ਇਹ ਜਵਾਨ ਇਤਨਾ ਸੋਹਣਾ ਖੂਬਸੂਰਤ ਔਰ ਨਾਜ਼ੁਕ ਮਜ਼ਾਜ ਇਹ ਇਸ ਰਾਹ ਕਿਤੇ ਲੱਗ ਗਿਆ ਜੋਗੀ ਔਰ ਫਕੀਰ ਹੋਣ ਵਾਸਤੇ ਨਾਥ ਵੇਖ ਕੇ ਬਹੁਤ ਮਲੂਕ ਚੰਚਲੇ ਸਭਾ ਰੇਤ ਦੀ
ਕੰਦ ਇਹ ਜੀਵਣਾ ਆਖਰੀ ਵਿੱਚ ਤੁਧ ਰੋਣਾ
ਰਾਂਝਾ ਕੋ ਜਵਾਬ ਦਿੰਦਾ ਕਿ ਜਿਹੜੇ ਵਕਤ ਵਾਇਦੇ ਦੱਸ ਰਹੇ ਹੋ ਉਹਨਾਂ ਦਾ ਮੈਨੂੰ ਅੱਗੇ ਕੁਝ ਅੰਦਾਜ਼ਾ ਹੈ। ਇਬਰਾਹੀਮ ਅਧਮ ਛੱਡ ਰਾਜ ਦਿੱਤਾ ਤਾਂ ਹੱਕ ਦੀਆਂ ਇੱਕ
ਤਤ ਦਾ ਰੱਖਣਾ ਪਾਸ ਜਿਕਰ ਆਲਮਾਂ ਫਾਜ਼ਲਾਂ ਸੂਫੀਆਂ ਦਾ ਸਭੇ ظاہر باطنی پنج حواس جٹا چھڈ آسرا جگ جہان والا اک رب دی رکھنی ਛੱਡ ਦਗਾ ਦਗੋਲੀਆਂ ਬੁਖਲ ਕੀ ਨਾ ਹੋ ਕੇ ਹਿਰਸ ਹਵਾ ਥੀ ਜੱਟਾ ਨਾ ਤੋ ਅੱਗ ਜਈ ਘੋਟ ਕੇ ਪੀਵਣੀ ਨਿਮ
ਆ ਜੁਰਨਾ ਛਮ ਛਮ ਸੋਈ ਬੈਠੇ